ਇੱਧਰ ਜੀ ਬਣਾ ਲਈਆਂ ਮੱਠੀਆਂ ਆਪਾਂ, ਅਤੇ ਤੁਸੀਂ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਸ਼ੇਅਰ ਕਰਿਓ ਵੀ ਗੁਲਗੁਲੇ ਮੱਠੀਆਂ ਕਿਹਨੂੰ ਕਿਹਨੂੰ ਪਸੰਦ ਹੈ। ਅਤੇ ਗੁਲਗੁਲੇ ਅਤੇ ਮੱਠੀਆਂ ਤਾਂ ਮੈਨੂੰ ਬਹੁਤ ਜ਼ਿਆਦਾ ਪਸੰਦ ਹੈ, ਅਤੇ ਬਾਕੀ ਜਦੋਂ ਚਾਹ ਦੇ ਨਾਲ ਆਪਾਂ ਖਾਂਦੇ ਹਾਂ ਤਾਂ ਹੋਰ ਵੀ ਜ਼ਿਆਦਾ ਟੇਸਟੀ ਲੱਗਦੀਆਂ। ਅਤੇ ਸਰ੍ਹੋਂ ਦੇ ਤੇਲ 'ਚ ਬਣਾਈਆਂ, ਬਿਲਕੁਲ ਸਾਦੇ ਜਿਹੇ ਤਰੀਕੇ ਨਾਲ, ਕੋਈ ਵੀ ਜਿਵੇਂ ਆਪਾਂ ਨੋਰਮਲ ਬਣਾਉਣੇ ਹੁੰਦੇ ਉਵੇਂ ਹੀ ਬਣਾਈਆਂ ਬਸ। ਹੈਲੋ ਜੀ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਤੁਹਾਡਾ ਸਾਰਿਆਂ ਦਾ ਵੈਲਕਮ ਹੈ ਜੀ ਆਪਣੇ ਚੈਨਲ 'ਤੇ। ਹੁਣ ਤੁਹਾਨੂੰ ਦੱਸਦੇ ਜੀ, ਹੁਣ ਜਿਹੜਾ ਟਾਈਮ ਹੈਗਾ ਸ਼ਾਮ ਦਾ 7:30 ਹੋ ਗਏ, ਅਤੇ ਬਸ ਹੁਣੀ ਮੈਂ 7:45 ਵਜੇ ਜਿਹੜਾ ਗੁੜ ਵਾਲੀਆਂ ਮੱਠੀਆਂ ਬਣਾ ਕੇ ਹਟੀਆਂ। ਮੇਰਾ ਅਚਾਨਕ ਹੀ ਜੀ ਕਰਨ ਲੱਗ ਗਿਆ ਉਵੇਂ, ਵੀ ਇੱਕ ਤਾਂ ਮੌਸਮ ਤੋਂ ਉੱਥੇ ਮੀਂਹ ਪਈ ਜਾਂਦੇ ਸੀ, ਅਤੇ ਮੇਰਾ ਜਿਹੜੀ ਚੀਜ਼ ਖਾਣ ਨੂੰ ਜ਼ਿਆਦਾ ਜੀ ਕਰਦਾ ਹੁੰਦਾ ਨਾ, ਮੈਂ ਉਦੋਂ ਬਣਾ ਲੈਂਦੀ ਹੁੰਦੀ ਹਾਂ, ਵੀ ਕੌਲ ਨਹੀਂ ਕਰਦੀ ਹੁੰਦੀ। ਅਤੇ ਮੇਰਾ ਬਹੁਤ ਜ਼ਿਆਦਾ ਦਿਲ ਕਰੀ ਜਾਂਦਾ ਸੀ, ਪਰ ਕਹਿ ਰਿਹਾ ਜਿਹੜਾ ਸਰ੍ਹੋਂ ਦਾ ਤੇਲ ਥੋੜ੍ਹਾ ਜਿਹਾ ਘੱਟ ਸੀਗਾ। ਪਹਿਲਾਂ ਮੈਂ ਤੁਹਾਨੂੰ ਕਿਹਾ ਵੀ ਜਿਹੜੀ ਘਰ ਕੋਲ ਦੁਕਾਨ ਸੀ ਉੱਥੋਂ ਮੈਨੂੰ ਤੇਲ ਲਿਆ ਦਿਆ ਸਰ੍ਹੋਂ ਦਾ, ਵੀ ਮੈਂ ਮੱਠੀਆਂ ਬਣਾਉਣੀਆਂ। ਫਿਰ ਉਹ ਦੁਕਾਨ ਲੇਟ ਖੁੱਲੀ ਥੋੜ੍ਹੀ ਜੀ, ਫਿਰ ਇਹ ਪਿੰਡ ਦੇ ਵਿੱਚ ਇੱਕ ਹੋਰ ਦੁਕਾਨ ਸੀ, ਉੱਥੋਂ ਲੈ ਕੇ ਆਏ ਹਫ਼ਤੇ ਹਫ਼ਤੇ ਵਾਪਸ ਜਾ ਕੇ, ਅਤੇ ਹੁਣੇ ਮੈਂ ਬਣਾ ਕੇ ਹਟੀ ਸੀ ਮੱਠੀਆਂ। ਅਤੇ ਉਸ ਤੋਂ ਬਾਅਦ ਬਸ ਮੈਂ ਬਣਾ ਕੇ ਰੱਖ ਲਈਆਂ ਸੀ, ਕਿਉਂਕਿ ਜਦੋਂ ਆਪਾਂ ਠੰਡੀਆਂ ਹੋ ਜਾਂਦੀਆਂ ਚਾਹ ਨਾਲ ਤੜਕੇ ਖਾਵਾਂਗੇ ਤਾਂ ਬਾਲੀਆਂ ਸਵਾਦ ਲੱਗਦੀਆਂ। ਅਤੇ ਬਸ ਹੁਣ ਮੈਂ ਸਬਜ਼ੀ ਨੂੰ ਤੜਕਾ ਲਾਉਣਾ ਸੀ, ਮੈਨੂੰ ਸਮਝ ਨਹੀਂ ਸੀ ਮੈਂ ਕਾਹਦੀ ਤਰ੍ਹਾਂ, ਕਿਉਂਕਿ ਭਿੰਡੀਆਂ ਪਈਆਂ ਸੀ ਅਤੇ ਆਲੂ ਪਏ ਸੀ ਘਰੇ, ਪਰ ਜਿਹੜੀਆਂ ਭਿੰਡੀਆਂ ਦੀ ਸਬਜ਼ੀ ਹੈ ਅਤੇ ਉਹ ਹਰਫ ਦੇ ਪਾਪਾ ਬਹੁਤ ਘੱਟ ਖਾ ਕੇ ਰਾਜ਼ੀ ਹੈ। ਮੈਂ ਤਾਂ ਹਰਫ ਦੀ, ਸਾਡੀ ਦੋਨਾਂ ਦੀ ਫੇਵਰੇਟ ਹੈ ਮੇਰੀ ਤਾਂ ਹਰਫ ਦੀ, ਪਰ ਹਰਫ ਦੇ ਪਾਪਾ ਬਹੁਤ ਘੱਟ ਖਾਂਦੇ ਆ। ਅਤੇ ਮੈਂ ਤੁਹਾਨੂੰ ਪੁੱਛੀ ਜਾਂਦੀ ਸੀ ਵੀ ਤੁਸੀਂ ਆਲੂ ਖਾਓਗੇ ਵੀ ਮੈਂ ਆਲੂਆਂ ਦੀ ਦਾਲ ਧਰਦੇ ਹਾਂ, ਫਿਰ ਇਹ ਮੈਨੂੰ ਕਹਿੰਦੇ ਨਹੀਂ ਤੁਸੀਂ ਆਲੂਆਂ ਦੀ ਬਣਾ ਲਓ, ਵੀ ਭਿੰਡੀਆਂ ਤੁਸੀਂ ਤੜਕੇ ਬਣਾ ਲਿਓ। ਇਸ ਵੇਲੇ ਵੀ ਕਹਿੰਦੇ ਥੋੜ੍ਹਾ ਜਿਹਾ ਨਾ ਵੀ ਖਾ ਲੈਂਦੇ ਹਾਂ ਸੁੱਕੀ ਸਬਜ਼ੀ ਆਪਾਂ, ਇਸ ਤਰ੍ਹਾਂ ਵੀ ਮੇਰੀ ਗ੍ਰੇਵੀ ਤੋਂ ਬਿਨਾਂ, ਤਰੀ ਤੋਂ ਬਿਨਾਂ, ਵੀ ਉਹ ਗਲ ਜੇ ਤਾਂ ਖੜ ਜਾਂਦੀ ਆ। ਮੈਂ ਕਿਹਾ ਚਲੋ ਭਿੰਡੀਆਂ ਦੀ ਤੜਕੇ ਬਣਾ ਲਾਂਗੇ। ਅਤੇ ਬਸ ਜੀ ਹੁਣ ਸ਼ਾਮ ਦਾ ਟਾਈਮ ਆ, 7:30 ਹੋ ਗਏ, ਸਬਜ਼ੀ ਬਣਾਉਣੀ ਹੈ। ਇੱਕ ਦੋ ਸੂਟ ਪਏ ਸੀ, ਮੈਨੂੰ ਲਾਹਾ ਹੋ ਜਾਂਦਾ ਜਦੋਂ ਕੱਪੜੇ ਪਏ ਹੁਣ, ਵੀ ਮਸ਼ੀਨ ਦੇ ਵਿੱਚ ਸਿੱਟ ਦਿਆ ਅਤੇ ਧੋ ਦਿਆ ਸੀ ਜਿਹਦੀ, ਅਤੇ ਮਸ਼ੀਨ ਦੇ ਵਿੱਚ ਕੱਪੜੇ ਸਿੱਟੇ ਪਏ ਆ, ਅਤੇ ਉਹ ਮੈਂ ਨਿਚੋੜ ਕੇ ਜਿਹੜੇ ਸੁੱਕਣੇ ਪਾ ਕੇ ਆਉਂਦੀ ਹਾਂ। ਬਸ ਆਹ ਮਤਲਬ ਕਿ ਮੰਨ ਕੇ ਚੱਲੋ ਵੀ ਅੱਧਾ ਘੰਟਾ ਹੀ ਬਾਹਰ ਪਾਉਂ ਕੱਪੜੇ, ਫਿਰ ਬਾਰਿਸ਼ ਦਾ ਮੀਂਹ ਦਾ ਰਹਿੰਦਾ ਹੈ ਨਾ ਰਾਤ ਨੂੰ, ਅਤੇ ਫਿਰ ਮੈਂ ਅੰਦਰ ਜਾ ਕੇ ਕੱਪੜੇ ਪਾ ਦਿੰਦੀ ਹੁੰਦੀ। ਚਲੋ ਆਪਾਂ ਸਬਜ਼ੀ ਨੂੰ ਤੜਕਾ ਲਾਉਣੀ ਆ, ਅਤੇ ਅੱਗੇ ਦਾ ਬਲੌਗ ਆਪਾਂ ਜਿਹੜਾ ਮੋਰਨਿੰਗ ਹੈ ਤੁਹਾਨੂੰ ਮਿਲਦੇ ਹਾਂ, ਵੀ ਮਤਲਬ ਬਲੌਗ ਹੈ ਜਿਹੜਾ ਆਪਾਂ ਕੰਟੀਨਿਊ ਰੱਖਦੇ ਹਾਂ, ਪਰ ਤੁਹਾਨੂੰ ਮੋਰਨਿੰਗ ਮਿਲਾਂਗੇ, ਕਿਉਂਕਿ ਹੁਣ ਜਿਹੜਾ ਚੁੱਲ੍ਹੇ ਚੌਂਕੇ ਦਾ ਕੰਮ ਅਤੇ ਕੱਪੜੇ ਧੋਣ ਵਾਲੇ, ਅਤੇ ਹਰਫ ਬਾਹਰ ਖੇਡਦਾ ਫਿਰਦਾ, ਹਰਫ ਦੇ ਪਾਪਾ ਪੀਣ ਵਾਲਾ ਪਾਣੀ ਲੈਣਗੇ, ਉਹਨੂੰ ਪਤਾ ਨਹੀਂ ਲੱਗਿਆ ਵੀ ਪਾਪਾ ਪਾਣੀ ਲੈਣਗੇ, ਉਹਨੇ ਨਾਲ ਜਾਣਾ, ਸਾਨੂੰ ਪੱਕਾ ਨਾਲ ਜਾਣਾ ਹੁੰਦਾ। ਹੈਲੋ ਜੀ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਅਤੇ ਹੁਣ ਜਿਹੜਾ ਟਾਈਮ ਹੋ ਗਿਆ ਜੀ, ਮੈਨੂੰ ਲੱਗਦਾ 11:30 ਹੋ ਗਏ, 11:34 ਹੋ ਗਏ, 6 ਮਿੰਟ ਬਾਅਦ ਦੱਸੀ ਜਾਂਦੇ, 11:34 ਹੋ ਗਏ, ਅਤੇ ਆਪਾਂ ਚੱਲੇ ਜੀ ਆਪਣੇ ਪਿੰਡ, ਜਿਹੜੇ ਤੁਸੀਂ ਵੀਡੀਓ ਪਹਿਲਾਂ ਦੇਖ ਲਈ ਹੋਗੀ, ਮੈਂ ਸੂਟ ਲਿਆਈ ਸੀਗੀ, ਅਤੇ ਮੈਂ ਪਹਿਲਾਂ ਤਾਂ ਅੰਕਲ ਤੋਂ ਸਟਿਚ ਕਰਾਉਂਦੀ ਹੁੰਦੀ ਸੀਗੀ, ਅਤੇ ਹੁਣ ਉਹ ਕੁੜੀ ਨੇ ਵਧੀਆ ਸਿਉਂਤੇ ਸੀ ਸੂਟ, ਅਤੇ ਮੈਂ ਉਹਨੂੰ ਫੜਾ ਕੇ ਆਉਣੀ ਹੈਗੀ, ਅਤੇ 4 ਸੂਟ ਆ ਗਏ, ਅਤੇ ਇਹਨਾਂ ਨੇ ਕੰਮ ਕਰਾਉਣਾ ਸੀਗਾ ਗੱਡੀ ਦਾ। ਮੈਨੂੰ ਤਾਂ ਇਹ ਕਹਿੰਦੇ ਸੀ ਤੁਸੀਂ ਸ਼ਹਿਰ ਵਿੱਚ ਵੀ ਚੱਲੋ ਸਾਡੇ ਨਾਲ, ਮੈਂ ਕਿਹਾ ਨਹੀਂ ਮੈਂ ਕਿੱਧਰ ਤੁਹਾਡੇ ਨਾਲ ਨਾ, ਵੀ ਉੱਧਰ ਔਖਾ ਜਿਹਾ ਹੋਜੂ ਸਾਨੂੰ, ਮੈਨੂੰ ਤਾਂ ਹਰਫ ਨੂੰ, ਅਤੇ ਬਾਕੀ ਮੈਂ ਕਿਹਾ ਟਾਈਮ ਜ਼ਿਆਦਾ ਲੱਗ ਜੂ ਸਾਡੇ ਨਾਲ ਤੁਹਾਨੂੰ, ਮੈਂ ਕਿਹਾ ਤੁਸੀਂ ਪਹਿਲਾਂ ਸਾਨੂੰ ਪਿੰਡ ਉਤਾਰ ਦਿਓ, ਨਾਲੇ ਅਸੀਂ ਕੱਪੜੇ ਫੜਾ ਦਿਆਂਗੇ, ਨਾਲੇ 2 ਘੰਟੇ ਹਰਫ ਉੱਥੇ ਰਹਿ ਪੂਗਾ, ਅਤੇ ਮੈਂ ਕਿਹਾ ਤੁਸੀਂ ਗੱਡੀ ਦਾ ਕੰਮ ਕਰਵਾ ਲਿਆਇਓ, ਹਾਂ ਹਰਫ ਖੇਡ ਲੂਗਾ ਨਾਲੇ, ਹੈ ਨਾ, ਬੋਲ ਹਰਫ ਕੁਛ, ਦੀਦੀ ਨਾਲ ਖੇਡ ਲੇਗਾ ਉੱਥੇ, ਤੁਸੀਂ ਕਮੈਂਟ ਕਰਕੇ ਦੱਸਿਓ ਵੀ ਤੁਹਾਡੇ ਕਿੱਧਰ ਕਿੱਧਰ ਲੈ ਏਰੀਏ ਚ ਮੀਂਹ ਪਿਆ ਗਾ, ਵੀ ਕੱਲ ਵਾਲਾ ਮੀਂਹ ਕਿੱਧਰ ਕਿੱਧਰ, ਸਾਡੇ ਤਾਂ ਕੱਲੀ ਠੰਡੀ ਹਵਾ ਜੀ ਆਈ ਸੀ ਬਸ, ਆਈ ਨੀ ਪਤਾ ਹੁਣ ਕਿੰਨਾ ਮੰਨੂ ਆਈ ਸੀ। ਹੌਲੀ ਚੱਲਿਆ ਕਰੋ ਜਦੋਂ ਇੰਨਾ ਚੀਜ਼ ਆਉਂਦੀ ਹੁੰਦੀ ਆ, ਮੈਨੂੰ ਤਾਂ ਡਰ ਲੱਗਦਾ, ਇੱਕ ਤਾਂ ਤੁਸੀਂ ਬ੍ਰੇਕ ਨਾ ਜਮਾ ਮਤਲਬ ਚੀਜ਼ ਜਦੋਂ ਆ ਜਾਂਦੀ ਆ ਜਮਾ ਉੱਤੇ ਮਾਰ ਦਿਓ, ਕਿ ਮੈਨੂੰ ਹੀ ਲੱਗਦਾ ਨਹੀਂ ਪਤਾ ਚੱਕਰ ਕੀ ਆ ਤੈਨੂੰ, ਤੂੰ ਹੀ ਲੱਗਦਾ ਮੈਨੂੰ, ਐਂ ਹੁੰਦਾ ਵੀ ਮੈਂ ਆਪਣੇ ਹਿਸਾਬ ਨਾਲ ਰੋਕ ਲੂੰਗਾ, ਠੀਕ ਹੈ, ਤੇ ਤੈਨੂੰ ਐਂ ਹੁੰਦਾ ਵੀ ਪਤਾ ਨਹੀਂ ਜਮਾ ਚੀਜ਼ ਕੋਲੇ ਜਾ ਆਪਣੀ, ਮੈਨੂੰ ਆਹੀ ਲੱਗਦਾ ਜੇ ਮੇਰੇ ਵਾਲੇ ਪਾਸੇ ਕੋਈ ਮਤਲਬ ਇਹੋ ਜਿਹੀ ਕੰਪਨੀ ਦੀ ਗੱਡੀ ਆ ਜਾਏ ਨਾ, ਬ੍ਰੇਕ ਇੱਧਰ ਲੱਗਣ ਲੱਗ ਜਾਣ ਤੇ ਮੈਂ ਬ੍ਰੇਕ ਲਾ ਦਿਆ ਕਰਾਂ, ਮੈਂ ਹੁਣ ਵੀ ਇੱਧਰੋਂ ਪੈਰ ਆਏ ਮਤਲਬ ਕੋਸ਼ਿਸ਼ ਕਰੀ ਜਾਂਦੀ ਮੈਂ ਲਾਉਣ ਦੀ, ਵੀ ਜਿਵੇਂ ਇੱਧਰੋਂ ਬ੍ਰੇਕ ਲੱਗ ਜਾਣਗੇ ਮੈਂ ਲਾ ਦੂੰਗੀ, ਫੇਰ ਨਹੀਂ ਆਪਾਂ ਪਹੁੰਚਦੇ, ਫਿਰ ਤਾਂ ਆਪਾਂ ਉਹਨਾਂ ਚ ਪਹੁੰਚਿਆ ਕਰਾਂਗੇ ਨਾ ਬੰਦੇ ਨਾਲ, ਮੈਨੂੰ ਮੈਨੂੰ ਮੋੜ ਮਾਰਦੇ ਮੋੜਦੇ ਮੈਨੂੰ ਬਹੁਤ ਡਰ ਲੱਗਦਾ, ਮਤਲਬ ਐਵੇਂ ਟ੍ਰੈਫਿਕ ਜਿਹਾ ਨਹੀਂ ਹੁੰਦਾ,
ਕਹਾਣੀ ਮੈਨੂੰ ਚਲਾਉਣੀ ਨਹੀਂ ਆਉਂਦੀ ਕਰਦੀ ਹੋਰ ਵੀ ਹੈ ਜਦੋਂ ਮੰਨ ਲਾ ਬੰਦਾ ਦੂਜਾ ਜਿਵੇਂ ਹੁਣ ਤੂੰ ਇਧਰ ਸੀਟ ਤੇ ਬੈਠੀ ਹੈ ਇਧਰਲੀ ਸੀਟ ਤੇ ਬੈਠਾ ਬੰਦਾ ਵੀ ਗੱਡੀ ਸਿੱਖ ਗਿਆ ਨਾ ਜਾਣਦਾ ਹੋਵੇ ਗੱਡੀ ਚਲਾਉਣੀ ਤਾਂ ਉਹਨੂੰ ਬਾਹ ਡਰ ਲੱਗਦਾ ਚੱਲ 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 ਮੈਂ ਬਾਅਦ ਚ ਉਤਰ ਪਹਿਲਾਂ ਤਾਂ ਉਤਰ ਬਾਹਰ ਲਾਈ ਬੈਠੇ ਆ ਕੇ ਖੋਲੋ ਖੜਕਾ ਦੇ ਬਾਹਰ ਸੁੱਤੇ ਪਏ ਕੀ ਉਹ ਆ ਗਿਆ ਉਹ ਦੇਖ ਕੁਛ ਨੀ ਕਹਿੰਦਾ ਹਰਪ ਨਹੀਂ ਕੁਛ ਕਹਿੰਦਾ ਉਹੀ ਡਰ ਜਾਂਦਾ ਮੈਂ ਉਦੋਂ ਐ ਜਿੱਦਾਂ ਨੀ ਕਾਲੇ ਦੇ ਰੇਟ ਲਵਾਇਆ ਸੀ ਨਾ ਇਹਦਾ ਸੋ ਮੰਗਦੇ ਸੀਗੇ 700 ਦੇ ਮੈਂ ਕਾਲੇ ਨੂੰ ਫੋਨ ਕੀਤਾ ਜੀ ਮੈਂ ਦੋ ਤਰੀ ਮੈਂ ਹਾਂ ਹੌਲੇ ਆ ਪਹਿਲਾਂ ਵੀ ਇਹ ਜੀ ਲੈ ਕੇ ਗਿਆ ਸੀ ਮੈਂ ਇਹਨੂੰ ਇਹ ਆਪਣੇ ਆ ਤੇ ਜਿਵੇਂ ਮਰਜ਼ੀ ਪਾ ਕੇ ਭੱਜਾ ਕੇ ਵਾਲਾ ਪਹਿਲਾਂ ਪਾਓ ਪੀਤੇ ਬੰਨੋ ਉਹ ਕਰੋ ਕੋਈ ਚੱਕਰ ਨਹੀਂ ਪਰ ਜਾਨ ਉਹ ਮੋਟੇ ਵੀ ਹੁੰਦੇ ਆ ਬਈ ਉਹ ਹਾਂ ਪੀਤੇ ਪੁੱਤੇ ਨਾਲੇ ਬਾਹਰ ਹੀ ਸਰਦਾਰੀ ਹੈ ਇਹਨਾਂ ਦੀ ਜਿਵੇਂ ਮਰਜ਼ੀ ਪਾ ਲਾ ਹਲਕੇ ਦੇ ਹਲਕੇ ਆ ਤੇ ਇੱਕ ਇਹਨਾਂ ਦਾ ਸਭ ਤੋਂ ਵੱਡਾ ਦੁੱਖ ਇਹ ਆ ਵੀ ਤੁਰਿਆ ਜਾਂਦਾ ਬੰਦਾ ਪਾ ਕੇ ਭੱਜ ਲੋ ਖੜਤੇ ਵੀ ਜਾਂਦੇ ਨਾਲ ਉਹ ਸ਼ਰਤ ਦਾ ਜਿਵੇਂ ਮਰਜ਼ੀ ਪਾ ਲਾ ਪੈਂਟ ਨਾ ਸਾਰੇ ਚੱਲ ਜਾਂਦੇ ਆ ਤੇ ਜੀ ਜਦੋਂ ਆਪਾਂ ਘਰ ਆਏ ਤੇ ਫੋਨ ਕਰਕੇ ਆਪਾਂ ਆਏ ਨਹੀਂ ਸੀਗੇ ਬਸ ਵੀ ਮਤਲਬ ਉਈ ਘਰੋਂ ਤੁਰ ਪਏ ਬਿਨਾਂ ਦੱਸੇ ਤੇ ਬਾਕੀ ਜਦੋਂ ਘਰ ਆ ਕੇ ਦੇਖਿਆ ਤਾਂ ਮੰਮੀ ਵਰਗੇ ਹੈ ਨਹੀਂ ਸੀ ਉਹ ਸ਼ਹਿਰ ਗਏ ਸੀਗੇ ਨਾਲ ਤਾਂ ਮੈਡੀਸਨ ਲੈਣ ਗਏ ਸੀ ਨਾਲ ਘਰ ਦਾ ਕੁਛ ਸਮਾਨ ਲੈਣ ਗਏ ਸੀ ਅਤੇ ਘਰ ਬਸ ਡੈਡੀ ਸੀ ਇਕੱਲੇ ਅਤੇ ਹੋਰ ਕੋਈ ਨਹੀਂ ਸੀ ਅਤੇ ਇੱਕ ਸਾਹਮਣੇ ਘਰ ਵਾਲਾ ਵੀਰਾ ਸੀਗਾ ਡੈਡੀ ਕੋਲ ਬਸ ਅਤੇ ਚਾਹ ਕਰੀ ਪਈ ਸੀ ਸਾਨੂੰ ਕਹੀ ਜਾਂਦੇ ਸੀ ਤੁਸੀਂ ਗਰਮ ਕਰਕੇ ਪੀ ਲਓ ਵੀ ਤੁਸੀਂ 5 ਮਿੰਟ ਹੀ ਲੇਟ ਹੋ ਗਏ ਤੁਹਾਡੇ ਆਉਣ ਤੋਂ ਪਹਿਲਾਂ ਹੀ 5 ਮਿੰਟ ਵੀ ਉਹ ਤੁਰੇ ਆ ਅਤੇ ਬਸ 5 ਮਿੰਟਾਂ ਦਾ ਫਰਕ ਰਹਿ ਗਿਆ ਚਲੋ ਕੋਈ ਗੱਲ ਨਹੀਂ ਆਪਾਂ ਉਹਨਾਂ ਦੀ ਵੇਟ ਕਰਦੇ ਹਾਂ ਅਤੇ ਉਹ ਆ ਜਾਣਗੇ ਘਰ ਅਤੇ ਮੈਂ ਨਾਲੇ ਕੱਪੜੇ ਜਿਹੜੇ ਸਟਿਚ ਕਰਨ ਵਾਸਤੇ ਫਿਰ ਉਹ ਮੰਮੀ ਨੇ ਜਾ ਕੇ ਫੜਾ ਕੇ ਆਊਂਗੀ ਅਤੇ ਚਲੋ ਜੀ ਫਿਰ ਆਪਾਂ ਨੈਕਸਟ ਵੀਡੀਓ ਉਹਨਾਂ ਦੇ ਨੈਕਸਟ ਬਲੌਗ ਨਾਲ ਮਿਲਾਂਗੇ ਜੇਕਰ ਤੁਹਾਨੂੰ ਮੇਰੇ ਬਲੌਗ ਵੀਡੀਓ ਵਧੀਆ ਲੱਗਦੀ ਹੈ ਤਾਂ ਪਲੀਜ਼ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਅਤੇ ਅੱਗੇ ਹੈ ਜਿਹੜਾ ਆਪਣੇ ਚੈਨਲ ਨੂੰ ਸ਼ੇਅਰ ਜ਼ਰੂਰ ਕਰ ਦਿਓ ਜੀ ਤਦ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਅਤੇ ਬਾਏ ਬਾਏ।